ਬਸਮਤੀ ਚ ਝੰਡਾ ਰੋਗ ਰੋਕ ਲਈ ਜਾਂ ਫੁੱਟ ਰੋਟ ਰੋਕਣ ਲਈ ਜਿਹੜਾ ਆਪਾਂ ਤਿਆਰਬਾ ਕੀਤਾ ਜੀ ਸਾਲਟ ਵਾਟਰ ਸੀਡ ਟ੍ਰੀਟਮੈਂਟ ਲੂਣ ਵਾਲੇ ਪਾਣੀ ਚ ਬੀਜ ਨੂੰ ਸੋਧਿਆ ਸੀ ਤੇ ਕਾਫੀ ਹੱਦ ਤੱਕ ਉਹ ਕਾਮਯਾਬ ਰਿਹਾ ਜੀ ਤੁਸੀਂ ਦੇਖ ਲਓ ਇੱਥੇ ਤੁਹਾਨੂੰ ਬੂਟਾ ਲੰਮਾ ਹਾਲੇ ਤੱਕ ਕੋਈ ਨਹੀਂ ਦਿਖਦਾ ਹਾਂ ਵਿੱਚ ਮੜਾ ਮੋਟਾ ਇੱਧਰ ਆ ਨਦੀਨ ਵਗੈਰਾ ਹੈਗਾ ਜੀ ਇਹ ਤਾਂ ਚਲੋ ਹਲੇ ਤੇ ਸਪਰੇਅ ਕਰ ਦਾਂਗੇ ਵੈਸੇ ਪਰ ਥੋੜਾ ਜਿਹਾ ਨਦੀਨ ਜ਼ਿਆਦਾ ਨਹੀਂ ਤੇ ਉਹ ਇਹ ਸਾਡੇ ਇਸ ਖੇਤ ਚ ਨਦੀਨ ਹੁੰਦੇ ਬਹੁਤ ਨੇ ਜੀ ਤੇ ਝੰਡਾ ਰੋਗ ਹਾਲੇ ਤੱਕ ਮੈਨੂੰ ਕਿਤੇ ਕੋਈ ਨਹੀਂ ਦੇਖੇ ਕੋਈ ਫੰਗੀ ਸਾਈਡ ਕੁਝ ਨਹੀਂ ਕੀਤਾ ਸਿਰਫ ਇੱਕ ਯੂਰੀਆ ਪਾਈ ਜੀ ਇਹ ਤੇ ਹਲੇ ਤੇ ਓਵਰ ਆਲ ਜਿਹੜਾ ਇਸ ਦਾ ਰਿਸਪੌਂਸ ਚੰਗਾ ਹੈ ਹੁਣ ਇਧਰ ਆਪਣੀ ਜਿਹੜੀ ਵੈਰੈਟੀ ਸੀ ਜੀ 1885 ਜਿਹੜਾ 1121 ਦੀ ਜਗ੍ਹਾ ਤੇ ਨਵਾਂ ਆਇਆ ਜੀ ਅਲਟਰਨੇਟਿਵ ਤੇ ਬੀਜ ਤਾਂ ਬਹੁਤ ਮਹਿੰਗਾ ਮਿਲਿਆ ਸੀ ਪਰ ਜਰਮੀਨੇਸ਼ਨ ਘੱਟ ਹੈ ਜੀ ਚਲੋ ਕੋਈ ਚੱਕਰ ਨਹੀਂ ਗੁਜ਼ਾਰਾ ਹੋ ਜਾਣਾ ਨਵਾਂ ਬੀਜ ਆ ਮਹਿੰਗਾ ਹੀ ਮਿਲਣਾ ਸੀ ਹੁਣ ਆਪਾਂ ਜੀ ਜਿਨ੍ਹਾਂ ਨੇ ਲੂਣ ਵਾਲੇ ਪਾਣੀ ਨਾਲ ਬੀਜ ਨੂੰ ਨਹੀਂ ਸੋਧਿਆ ਜਾਂ ਐਂਟੀਬਾਇਓਟਿਕਾ ਜਿਹੜੇ ਬੀਜ ਨੂੰ ਨਹੀਂ ਲਗਾਏ ਜਾਂ ਬੀਜ ਨੂੰ ਬਿਨਾਂ ਸੋਧਿਆ ਬਜਾਈ ਕਰ ਦਿੱਤੀ ਤੇ ਹੁਣ ট্রান্সਪਲੈਂਟ ਕਰਨਾ ਜੀ ਝੋਨਾ ਬਾਸਮਤੀ ਸਾਡੀ ਏਰੀਆ ਚ ਤੇ ਕਾਫੀ ਏਰੀਆ ਚ ট্রান্সਪਲੈਂਟ ਹੋ ਗਿਆ ਖੇਤਾਂ ਚ ਲੱਗ ਗਿਆ ਉਧਰ ਤੁਸੀਂ ਅੱਗੇ ਕਦੂ ਵਗੈਰਾ ਹੋਏ ਦੇਖ ਰਹੇ ਹੋ ਝੋਨਾ ਲਗਭਗ 25% ਏਰੀਆ ਚ ਲੱਗ ਗਿਆ ਹੁਣ ਅੱਗੇ ਖੇਤ ਜੇ ਸਮੱਸਿਆ ਨਾ ਆਵੇ ਉਨਰੋਕ ਲਈ ਕੀ ਕੀਤਾ ਜਾ ਸਕਦਾ ਹੈ ਵੈਸੇ ਤਾਂ ਜੇ ਮੌਸਮ ਠੰਡਾ ਹੋ ਗਿਆ ਤਾਂ ਇਹ ਸਮੱਸਿਆ ਵੈਸੇ ਹੀ ਘਟ ਜਣੀ ਹੈ ਨੰਬਰ 2 ਹੁਣ ਜੇ ਸਮੱਸਿਆ ਨਹੀਂ ਘਟਦੀ ਤਾਂ ਇੱਕ ਹੀ ਆਪਣੇ ਕੋ ਹੱਲ ਬਚਦਾ ਜੀ ਉਹ ਹੈ ਇਹਦਾ ਟ੍ਰੀਟਮੈਂਟ ਕਰਨਾ ਇਹਦੀਆਂ ਜੜਾਂ ਦਾ ਟ੍ਰੀਟਮੈਂਟ ਕਰਨਾ ਉਹ ਵੀ ਬਾਇਓਲੋਜੀਕਲ ਕਰਨਾ ਪਊਗਾ ਕੈਮੀਕਲ ਆਪਾਂ ਕਰ ਨਹੀਂ ਸਕਦੇ ਕਿਉਂਕਿ ਪਹਿਲਾਂ ਆਪਾਂ ਕਾਰਬਨ ਡਾਈਜ਼ਮ ਵਗੈਰਾ ਪਾ ਲੀ ਸਾਂ ਪਾ ਲੀਨੇ ਸਾ ਥਾਇਓਪ੍ਰੋਪਾਈਲ ਮੈਥਾਈਲ ਪਾ ਲੀਨੇ ਆ ਹੁਣ ਚੱਕਰ ਇਹ ਆ ਜੀ ਬਾਸਮਤੀਆਂ ਦੇ ਵਿੱਚ ਇਹ ਦਵਾਈਆਂ ਬੈਨ ਐ ਬੇਸ਼ੱਕ ਦੁਕਾਨਦਾਰ ਦੇ ਦੇਣਗੇ ਪਰ ਕਾਰਬਨ ਡਾਈਜ਼ਮ ਵਗੈਰਾ ਪਾਈਓਪੇਨਟ ਮਥਾਇਲ ਜਾਂ ਹੋਰ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਬਾਸਮਤੀ ਦੇ ਵਿੱਚ ਬੈਨ ਕਰ ਦਿੱਤੀਆਂ ਗਈਆਂ ਨੇ ਉਹ ਹੁਣ ਬਾਸਮਤੀ ਚ ਆਪਾਂ ਨਹੀਂ ਵਰ ਸਕਦੇ ਹੁਣ ਆਪਣੇ ਕੋਲ ਹੱਲ ਕੀ ਹੈ ਜੀ ਜਾਂ ਤਾਂ ਤੁਸੀਂ ਪਨੀਰੀ ਹੈ ਜਿਹੜੀ ਪੱਟਣ ਤੋਂ ਇੱਕ ਦੋ ਦਿਨ ਪਹਿਲਾਂ ਟ੍ਰਾਈਕੋਡਰਮਾ ਇਹਦੇ ਚ ਪਾ ਦਿਓ ਇੱਕ ਕਨਾਲ ਚ ਘੱਟੋ ਘੱਟ 1 ਕਿਲੋ ਤੇ ਇੱਕ ਇਸ ਤੋਂ ਬੈਟਰ ਆਪਸ਼ਨ ਵੀ ਹੈਗੀ ਜਿਹੜੀ ਪਿਛਲੇ ਸਾਲ ਸੱਜਣਾ ਮਿੱਤਰਾਂ ਨੇ ਕਈਆਂ ਨੇ ਟਰਾਈ ਕੀਤੀ ਸੀ ਤੇ ਉਹਦੇ ਰਿਜ਼ਲਟ ਐਕਸੀਲੈਂਟ ਮਿਲੇ ਉਹਨਾਂ ਨੂੰ ਤੇ ਇਸ ਵਾਰ ਉਹ ਫੇਰ ਕਰ ਰਹੇ ਆ ਉਹ ਦੋ ਤਰੀਕਿਆਂ ਨਾਲ ਕੰਮ ਕਰਦੇ ਜੀ ਇੱਕ ਤਾਂ ਇਹ ਦੇਖੋ ਜੀ ਆਪਣਾ ਪਾਣੀ ਵਾਲੀ ਇਹ ਖਾਲ ਉਹ ਪੂਰੀ ਲੰਮੀ ਪਾਣੀ ਵਾਲੀ ਆੜ ਆਉਂਦੀ ਹੈ ਜਿਹੜੀ ਤਾਂ ਇਹ ਚ ਲਫਾਫਾ ਬੁਛਾ ਦਿੰਦੇ ਆ ਜੀ ਲਫਾਫਾ ਬੁਛਾ ਕੇ ਦੋਵੇਂ ਬੰਨਿਆਂ ਤੋਂ ਬੰਦ ਕਰ ਦੇਣਾ ਪਾਣੀ ਖੜਾ ਕਰ ਦੇਣਾ ਤੇ ਇਹ ਚ ਟ੍ਰਾਈਕੋਡਰਮਾ ਪਲੱਸ ਐਨਪੀਕੇ ਬੈਕਟੀਰੀਆ ਇੱਕ ਕਿੱਲੇ ਦੀ ਪਨੀਰੀ ਪਿਛੇ ਤੁਸੀਂ 250 ਗ੍ਰਾਮ ਟ੍ਰਾਈਕੋਡਰਮ ਲੈਣਾ ਤਾਂ 50 ਐਮਐਲ ਐਨਪੀਕੇ ਬੈਕਟੀਰੀਆ ਲੈਣਾ ਜੀ ਇਹਨਾਂ ਦੋਨੋਂ ਨੂੰ ਰਲਾ ਕੇ ਪਾਣੀ 'ਚ ਛੁੱਟ ਦੇਣਾ ਤਾਂ ਇਹ ਜਿਹੜੀ ਪਨੀਰੀ ਹੈ ਜੀ ਘੱਟ ਤੋਂ ਘੱਟ 1 ਘੰਟਾ ਮਤਲਬ ਪੁੱਟ ਕੇ ਨਾ ਪਨੀਰੀ ਦੀਆਂ ਗੁਸ਼ੀਆਂ ਬਣ ਕੇ ਘੱਟ ਤੋਂ ਘੱਟ 1 ਘੰਟਾ ਇਸ ਖੇਲ 'ਚ ਪਈ ਰਹਿਣ ਦੇਣੀ ਆ ਵੱਧ ਤੋਂ ਵੱਧ ਪ ਤੇ ਸਵੇਰੇ ਜਾ ਕੇ ਖੇਤ ਚ ਲਾ ਲਿਓ ਤੇ ਹੁਣ ਕਈਆਂ ਮਿੱਤਰਾਂ ਬੀਲੀਆਂ ਨੇ ਇੱਕ ਤਜਰਬਾ ਕੀਤਾ ਸੀ ਤਜਰਬਾ ਕੀ ਕੀਤਾ ਸੀ ਉਹਨਾਂ ਨੇ ਆਪਣਾ ਉਹਨਾਂ ਦੇ ਸਮਾਂ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਜਦਾਂ ਪਨੀਰੀ ਇੱਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ ਤੇ ਲੈ ਕੇ ਜਾਣੀ ਤੇ ਉੱਥੇ ਟਰਾਲੀ ਚ ਲੈ ਕੇ ਜਾਂਦੇ ਸੀ ਤਾਂ ਉਹਨਾਂ ਟਰਾਲੀ ਦੇ ਵਿੱਚ ਤਰਪਾਲ ਵਿਛਾਉਂਦੇ ਸੀ ਥੱਲੇ ਜੀ ਤੇ ਟਰਾਲੀ ਦੇ ਵਿੱਚ ਜਿਹੜਾ ਤਰਪਾਲ ਵਿਛਾਉਂਦੀ ਤਾਂ ਉਹਦੇ ਚੰਨ ਪੀ ਕੇ ਬੈਕਟੀਰੀਆ ਦਾ ਘੋਲ ਤੇ ਟ੍ਰਾਈਕੋਡਰਮਾ ਦਾ ਘੋਲ ਪਾਤਾ ਜਦੋਂ ਪਨੀਰੀ ਪੁੱਟ ਕੇ ਲੈ ਕੇ ਜਾਣੀ ਆ ਤਾਂ ਟਰਾਲੀ ਚ ਰੱਖਤੀ ਘੰਟਾ ਅੱਧਾ ਘੰਟਾ ਜਿੰਨਾ ਵੀ ਟਾਈਮ ਲੱਗਦਾ ਸੀ ਤੇ ਉਹਨਾਂ ਚਰ ਨੂੰ ਲਾ ਦਿੰਦੇ ਸੀ ਤੇ ਉਹਦੇ ਰਿਜ਼ਲਟ ਉਹਨਾਂ ਨੂੰ ਬਹੁਤ ਵਧੀਆ ਮਿਲੇ ਖੇਤਾਂ 'ਚ ਕੋਈ ਬਿਮਾਰੀ ਨਹੀਂ ਆਈ ਤੇ ਐਨਪੀਕੇ ਬੈਕਟੀਰੀਆ ਜਿਹੜਾ ਜੜਾਂ ਨੂੰ ਲਾਲ ਲੱਗਣ ਦੇ ਨਾਲ ਜਿਹੜਾ ਹੈ ਜੀ ਜਿਹੜੀ ਗਰੋਥ ਹੈ ਬੂਟੇ ਦੀ ਉਹ ਵਧੀਆ ਹੋਈ ਉਹਨਾਂ ਨੇ ਖਾਦ ਜਿਹੜੀ ਅਪਟੇਕ ਵਧ ਕੀਤੀ ਹੈ ਤੇ ਉਹਦੇ ਰਿਜ਼ਲਟ ਉਹਨਾਂ ਨੂੰ ਚੰਗੇ ਮਿਲੇ ਆ ਟ੍ਰਾਈਕੋਡਰਮਾ ਜਿਹੜਾ ਜਦੋਂ ਆਪਾਂ ਜੜਾਂ ਪੁੱਟਦੇ ਆ ਜੀ ਜੜਾਂ ਤੇ ਜਿਹੜੇ ਜ਼ਖਮ ਹੋ ਜਾਂਦੇ ਆ ਉਹਨੂੰ ਹੀਲ ਕਰ ਦਿੰਦਾ ਜਾਂ ਹੀਲ ਕਰਨ 'ਚ ਮਦਦ ਕਰਦਾ ਜਾਂ ਉਹਦੇ ਤੇ ਲੱਗ ਜਾਂਦਾ ਤੇ ਉਹਨੂੰ ਅੱਗੇ ਤੋਂ ਮਾੜੀ ਉਲੀ ਨੂੰ ਫੈਲਣ ਤੋਂ ਰੋਕ ਦਿੰਦਾ ਤੇ ਸਾਵਧਾਨੀਆਂ ਕੁਝ ਨੇ ਜੀ ਜੇ ਜੇ ਸਮੱਸਿਆ ਤੁਹਾਨੂੰ ਆ ਰਹੀ ਹੋਵੇ ਉੱਥੇ ਯੂਰੀਆ ਦੀ ਵਰਤੋਂ ਘੱਟ ਤੋਂ ਘੱਟ ਕਰੋ ਜਬ੍ਰੈਲਿਕ ਐਸਿਡ ਬਿਲਕੁਲ ਨਹੀਂ ਵਰਤਣਾ ਤੇ ਸੁੱਕੇ ਖੇਤ ਦੇ ਵਿੱਚੋਂ ਪਨੀਰੀ ਨਹੀਂ ਪੁੱਟਣੀ ਇਹ ਗੱਲ ਧਿਆਨ ਰੱਖਿਓ ਕਿ ਜਦੋਂ ਤੁਹਾਨੂੰ ਝੰਡੇ ਰੋਗ ਵਾਲੀ ਸਮੱਸਿਆ ਦਿਖਣੀ ਸ਼ੁਰੂ ਹੋ ਜੇ ਸੁੱਕੇ ਖੇਤ ਚੋਂ ਪਨੀਰੀ ਨਹੀਂ ਪੁੱਟਣੀ ਤੇ ਸਭ ਤੋਂ ਬੈਸਟ ਆਪਸ਼ਨ ਟ੍ਰਾਈਕੋਡਰਮਾ ਹੈ ਜੀ ਆਪਣੇ ਕੋ ਜੇ ਨਹੀਂ ਕਰ ਸਕਦੇ ਤਾਂ ਬੱਗੀ ਦੇ ਵਿੱਚ ਇੱਕ ਕਨਾਲ ਚ 1 ਕਿਲੋ ਟ੍ਰਾਈਕੋਡਰਮਾ ਪਾ ਦਿਓ ਤੇ ਸੁਡੋਮਨਾਸ ਦੀ ਉੱਪਰ ਸਪਰੇਅ ਕਰ ਸਕਦੇ ਹੋ ਬਾਇਓਲੋਜੀਕਲ ਹੀ ਕੰਟਰੋਲ ਕਰਨਾ ਪਊਗਾ ਕਿਉਂਕਿ ਬਾਸਮਤੀਆਂ ਚ ਬਾਕੀ ਕੈਮੀਕਲ ਆਪਣੇ ਕਾਫੀ ਹੱਦ ਤੱਕ ਨਾਵੇਂ ਟੈਕਨੀਕਲ ਹੈ ਜਿਹੜੇ ਉਹਨਾਂ ਬਾਰੇ ਆਪਾਂ ਜ ਕੋਈ ਕਹਿ ਨਹੀਂ ਸਕਦੇ ਕਿ ਕਿਹੜੇ ਕਿਹੜੇ ਅਪਰੂਵ ਹੋਏ ਕਿਹੜੇ ਨਹੀਂ ਹੋਏ ਤੇ ਵੀਡੀਓ ਚ ਜੇ ਤਾਂ ਜਾਣਕਾਰੀ ਦਿੱਤੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਸ਼ੇਅਰ ਜਰੂਰ ਕਰ ਦਿਓ ਪਰ ਜੇ ਤੁਸੀਂ ਫਾਰਮੂਲਾ ਵਰਤੋਗੇ ਤਾਂ ਆਪਣਾ ਫੀਡਬੈਕ ਜਰੂਰ ਸ਼ੇਅਰ ਕਰਿਓ ਮੈਨੂੰ ਟ੍ਰਾਈਕੋਡਰਮ ਵਾਲਾ ਕਿਉਂਕਿ ਪਿਛਲੇ ਸਾਲ ਇਹਦੇ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ